ਤਾਂ ਮੈਂ ਅੱਜ ਇੱਕ ਚਿੱਠੀ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਔਰ ਉਹਦੇ 'ਚ ਮੈਂ ਇਹ ਗੱਲ ਕਹੀ ਹੈ ਕਿ ਜਿੰਨੇ ਜਿੰਨੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਉਹਦਾ ਡੋਪ ਟੈਸਟ ਹੋਣਾ ਚਾਹੀਦਾ। ਮੈਂ ਪਹਿਲੀਆਂ 'ਚ ਕਰਾਉਣ ਨੂੰ ਤਿਆਰ ਔਰ ਡੋਪ ਟੈਸਟ ਹੋਣਾ ਚਾਹੀਦਾ ਔਰ ਜਿੰਨਾ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ ਕਿ ਜਦੋਂ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਜਦੋਂ ਪਾਰਲੀਮੈਂਟ 'ਚ ਜਾਂਦੇ ਹੋ ਤਾਂ ਉਦੋਂ ਜਦੋਂ ਸਹੁੰ ਚੱਕ ਸਮਾਗਮ ਜਿਹੜਾ ਉਹ ਸਹੁੰ ਚੱਕ ਸਮਾਗਮ ਉਦੋਂ ਹੋਣਾ ਚਾਹੀਦਾ ਹੈ ਕਿ ਜਦੋਂ ਡੋਪ ਟੈਸਟ ਹੋਵੇ ਉਹਦੀ ਰਿਪੋਰਟ ਆ ਜੇ ਕਿ ਸਹੀ ਆਈ ਹੈ ਜਾਂ ਗਲਤ ਆਈ ਹੈ। ਜੇ ਕਿਸੇ ਦਾ ਲੱਗਦਾ ਹੈ ਕਿ ਇਹ ਨਸ਼ੇੜੀ ਆ ਉਹਨੂੰ ਉੱਥੇ ਦਾਖਲ ਕਰਾਇਆ ਜਾਵੇ, ਉਹਨੂੰ ਨਸ਼ਾ ਰਹਿਤ ਕੀਤਾ ਜਾਵੇ, ਫਿਰ ਸਹੁੰ ਚੁਕਾਈ ਜਾਵੇ ਤਾਂ ਕਿ ਉਹਦੇ ਜਿਹੜੀ ਕੰਸਟੀਚੁਐਂਸੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਾਡੇ ਨਾਲ ਧੋਖਾ ਹੋਇਆ, ਅਸੀਂ ਇੱਕ ਚਿਹਰਾ ਮੋਹਰਾ ਵੇਖਿਆ, ਇੱਕ ਅਸੀਂ ਕੱਦ ਵੇਖ ਲਿਆ ਕਿ ਬੰਦਾ 6 ਫੁੱਟ ਦਾ ਹੈ ਪਰ ਇਹ ਨਹੀਂ ਵੇਖਿਆ ਗਿਆ ਕਿ ਯਾਰ ਇਹ ਨਸ਼ੇੜੀ ਆ। ਇਸ ਕਰਕੇ ਜਿੱਦਣ ਇਹ ਕੰਮ ਹੋ ਗਿਆ, ਜਿੱਦਣ ਸਾਡੇ ਲੀਡਰ ਸੁਧਰ ਗਏ ਉਦੋਂ ਦੇਸ਼ ਵੀ ਸੁਧਰ ਜਾਏਗਾ ਤੇ ਪੰਜਾਬ ਵੀ ਬਚ ਜਾਏਗਾ। ਪੁੱਛਣਾ ਜੀ ਨਸ਼ਾ ਕਿੱਥੋਂ ਸਟਾਰਟ ਹੋਇਆ ਇਹ ਦੱਸੋ ਥੋੜਾ ਜਿਹਾ। ਗੱਲ ਇਹ ਕਿ ਨਸ਼ਾ ਬਾਲਾਂ ਤੋਂ ਸਟਾਰਟ ਹੋਇਆ, ਪੁੱਛਣਾ ਕੀ ਹੈ? ਤੁਹਾਡੇ ਤੇ ਮਜੀਠੀਆ ਆਉਂਦਾ ਉਹਨੂੰ ਪੁੱਛ ਲਿਆ ਜੇ ਕਿ ਤੈਨੂੰ ਚਿੱਟਾ ਕਿਉਂ ਕਹਿੰਦੇ ਆ, ਉਹਨੂੰ ਕਿਹੜਾ ਫਲਵੈਰੀ ਹੋਈ ਆ, ਇਸੇ ਕਰਕੇ ਚਿੱਟਾ ਕਹਿੰਦੇ ਆ ਨਾ। ਇਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਆਈ ਸੀ, ਕੈਪਟਨ ਅਮਰਿੰਦਰ ਸਿੰਘ ਨੇ ਸੌਂਹ ਖਾਧੀ ਸੀ ਗੁਟਕਾ ਸਾਹਿਬ ਕਰ ਚੁੱਕ ਕੇ ਵੀ ਨਸ਼ਾ ਜਿਹੜਾ ਵਾ ਹਫ਼ਤੇ 'ਚ ਵੀ ਖਤਮ ਕੀਤਾ ਜਾਵੇ। ਸਾਨੂੰ ਵੀ ਲੈ ਡੁੱਬਿਆ ਤੇ ਆਪਦੀ ਵੀ ਜਮਾਨਤ ਜ਼ਬਤ ਕਰਾ ਲਈ, ਇੱਕ ਲਮਰੇਟੇ ਸਕੂਟਰ ਵਾਲੇ ਨੇ ਰਾਤਾ ਬਾਈ ਗੁਰੂ ਨਾਲ ਨਹੀਂ ਘਟ ਸਕੇ ਔਰ ਗੁਰੂ ਤੋਂ ਵੱਡੀ ਕੋਈ ਗੱਲ ਨਹੀਂ। ਔਰ ਮੈਂ ਇੱਕ ਤੁਹਾਨੂੰ ਵੀ ਬੇਨਤੀ ਕਰਦਾ ਸਾਰੇ ਮੀਡੀਆ ਵਾਲੇ ਸਾਥੀ, ਇਸ ਸੀਟ ਨੂੰ ਪੰਥਕ ਕਿਹਾ ਜਾ ਸਕਦਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਤੁਸੀਂ ਕਦੀ ਗੁਰੂਆਂ ਦੀ ਜਗ੍ਹਾ ਨੂੰ ਵੀ ਕਹਿ ਸਕਦੇ ਹੋ ਕਿ ਹੌਟ ਸੀਟ ਆ ਬਈ, ਇਹਨੂੰ ਹੌਟ ਸੀਟ ਨਾ ਕਿਹਾ ਕਰੋ, ਇਹਨੂੰ ਪੰਥਕ ਸੀਟ ਕਿਹਾ ਕਰੋ ਕਿਉਂਕਿ ਇੱਥੇ ਜੇ ਪੰਥਕ ਚਿਹਰੇ ਉਤਰੇ ਆ, ਇੱਕ ਇਕੱਲਾ ਆਮ ਆਦਮੀ ਪਾਰਟੀ ਹੈ ਜਿਹਨਾਂ ਕੋਲ ਪੰਥਕ ਚਿਹਰਾ ਹੈ ਨਹੀਂ। ਉਹ ਵੀ ਮੈਨੂੰ ਕਿਸੇ ਨੇ ਦੱਸਿਆ, ਉਹ ਕਹਿੰਦੇ ਜੀ ਇੱਕ ਤਾਂ ਉਹ ਦੂਜਾ ਕੰਮ ਵੀ ਚਲਾ ਲੈਂਦਾ ਤੇ ਇੱਕ ਉਹ ਕਹਿੰਦੇ ਕਿ ਜਿਹੜੀ ਪੱਗ ਵੀ ਉਹਨੂੰ ਆਪ ਨੂੰ ਨਹੀਂ ਬੰਨਣੀ ਆਉਂਦੀ ਜੀ, ਉਹਦੇ ਲਈ ਵੀ 18,000 ਦੇ ਬੰਦਾ ਰੱਖਿਆ ਉਹ ਪੱਗ ਬੰਨਦਾ। ਇਸ ਕਰਕੇ ਬਈ ਜਿਹੜਾ ਬੰਦਾ ਆਪਦੇ ਆਪ ਨੂੰ ਨਹੀਂ ਸਵਾਰ ਸਕਦਾ ਉਹ ਜੰਡਿਆਲੇ ਵਾਲੇ ਉਹ ਤੁਹਾਡਾ ਕੀ ਸਵਾਰੂਗਾ? ਵਿਰਸਾ ਸਿੰਘ ਮਲਟੋਵਾ ਨੂੰ ਕਿਸ ਤਰ੍ਹਾਂ? ਯਾਰ ਵਿਰਸਾ ਸਿੰਘ ਮਲਟੋਵਾ ਤਾਂ ਮੇਰੀ ਗੱਲ ਸੁਣੋ, ਉਹ ਤਾਂ ਲਾਈਵ ਹੁੰਦਾ, ਉਹ ਤਾਂ ਕਦੀ ਤੁਹਾਡੇ ਕੋਲ ਨਹੀਂ ਆਇਆਗਾ ਤੇ ਵਿਰਸਾ ਸਿੰਘ ਮਲਟੋਵਾ ਦੀ ਗੱਲ ਕੀ ਕਰਦੇ? ਮਾਂ ਨੇ ਨਾਂ ਰੱਖਤਾ ਵਿਰਸਾ ਤੇ ਠੀਕ ਹੈ, ਵਿਰਸਾ ਤੋਂ ਉਹਨੇ ਕੀ ਸੰਭਾਲਣਾ ਸੀ, ਉਹਦੇ ਤੋਂ ਆਪਦਾ ਆਪ ਨਹੀਂ ਸੰਭਾਲਿਆ ਜਾਂਦਾ। ਸਰਦਾਰ ਬਿਕਰਮ ਸਿੰਘ ਜੀਠੀਆ ਕਹਿ ਰਹੇ ਆ ਵੀ ਜਿਹੜੇ ਵਾ ਤੁਹਾਡਾ ਆਪਸ ਵਿੱਚ ਜਿਹੜਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਪਸ ਵਿੱਚ ਫਿਕਸਿੰਗ ਮੈਚ ਆ ਅੱਜ ਕਹਿ ਰਹੇ ਸੀ। ਬਿਕਰਮਜੀਤ ਮਜੀਠੀਆ ਦਾ ਕੀ ਹੈ, ਕਿਤੇ ਵਾਅਦ ਘਾਟ 'ਚ ਹੋਊਗਾ? ਇਸ ਕਰਕੇ ਬਿਕਰਮਜੀਤ ਮਜੀਠੀਆ ਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਬਿਕਰਮਜੀਤ ਮਜੀਠੀਆ ਜੀ ਜਿਹੜੇ ਕੇਸਾਂ 'ਚ ਤੁਸੀਂ ਗਏ ਹੋ ਉਹ ਜਿਹੜੀਆਂ ਤੁਹਾਡੀਆਂ ਜਮਾਨਤਾਂ ਹੋਈਆਂ ਉਹ ਖਾਕੀ ਨਿੱਕਰ ਵਾਲਿਆਂ ਨੇ ਕਰਾ ਕੇ ਦਿੱਤੀਆਂ ਨੇ, ਉਹ ਇੰਜ ਨਹੀਂ ਜਮਾਨਤਾਂ ਹੁੰਦੀਆਂ, ਚਿੱਟੇ 'ਚੋਂ ਬਾਹਰ ਨਹੀਂ ਆਇਆ ਜਾਂਦਾ। ਅੰਮ੍ਰਿਤਪਾਲ ਬਾਰੇ ਕੀ ਕਹਿਣਾ ਚਾਹੋ? ਗੁਰੂ ਦਾ ਬਾਣਾ ਪਾਇਆ, ਜਿਹੜਾ ਬੰਦਾ ਗੁਰੂ ਨੂੰ ਮੰਨਦਾ, ਮੈਂ ਨਾ ਕਿ ਚਾਹੇ ਕੋਈ ਸਾਧੂ ਹੈ ਚਾਹੇ ਕੋਈ ਆ, ਮੈਂ ਬਾਣੇ ਬਾਰੇ ਕੁਛ ਨਹੀਂ ਕਹਿ ਸਕਦਾ। ਬੰਦਾ ਬਾਣੇ 'ਚ ਨਹੀਂ, ਬੰਦਾ ਗੁਰਸਿੱਖ ਨਹੀਂ, ਮੈਂ ਉਹਦੇ 'ਤੇ ਟਿੱਪਣੀ ਕਰ ਸਕਦਾ, ਪਰ ਜੇ ਤੁਸੀਂ ਕਹੋ ਕਿ ਗੁਰੂ ਦੇ ਬਾਣੇ 'ਤੇ ਮੈਂ ਟਿੱਪਣੀ ਕਰਾਂ, ਕਿਉਂਕਿ ਸਾਡੇ ਨਾਲ ਸਿੰਘ ਦਾ ਮਤਲਬ ਆ ਸ਼ੇਰ ਔਰ ਜਦੋਂ ਨਾਂ ਨਾਲ ਭਾਈ ਸਾਹਿਬ ਲੱਗ ਗਿਆ, ਮੈਂ ਕਹਿੰਦਾ ਲੋਕਤੰਤਰ ਆ, ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ, ਲੜਨਾ ਵੀ ਚਾਹੀਦਾ ਔਰ ਇਸ ਕਰਕੇ ਬਈ ਹਰੇਕ ਨੇ ਜਿਹੜੀ ਵੋਟ ਆ ਉਹ ਜਿਵੇਂ ਅੱਗੇ ਡੈਣੀ ਜੀ ਨੇ ਕਿਹਾ ਕਿ ਮਤਦਾਨ, ਉਹ ਤਾਂ ਆਪਦੀ ਮਤ ਨਾਲ ਤੁਸੀਂ ਅੰਦਰ ਜਾ ਕੇ ਪਾਉਣੀ ਹੈ। ਹੁਣ ਗੱਲ ਇਹ ਹੈ ਕਿ ਸਾਡੇ ਕੋਲ ਪ੍ਰਚਾਰ ਲਈ ਤਾਂ ਸਾਰੇ ਲੀਡਰ ਆਉਂਦੇ ਨੇ, ਪਰ ਵੋਟ ਤਾਂ ਇੱਕ ਨੂੰ ਪੈਣੀ ਹੈ, ਵੋਟ ਉਹਨੂੰ ਪੈਣੀ ਹੈ ਜਿਹੜਾ ਪੰਜਾਬ ਨੂੰ ਤੇ ਦੇਸ਼ ਨੂੰ ਬਚਾ ਸਕੇ, ਉਹ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ। ਕਿਉਂਕਿ ਸਾਰੇ ਜਿੰਨੇ ਵੀ ਰਾਜਨੀਤਿਕ ਲੀਡਰ ਆ ਸਾਰੇ ਨਸ਼ੇ ਦੇ ਰਾਜਨੀਤੀ ਕਰਦੇ ਆਏ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਪਰ ਨਸ਼ਾ ਫਿਰ ਨਹੀਂ ਖਤਮ ਹੋ ਰਿਹਾ। ਮੈਂ ਤਾਂ ਇੱਕ ਗੱਲ ਕਹੀ ਹੈ ਕਿ ਨਸ਼ਾ ਫਿਰ ਖਤਮ ਹੋ ਸਕਦਾ ਹੈ ਕਿ ਜਿੰਨਾ ਚਿਰ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ। ਸ਼ਹਿਰ ਦੇ ਵਿੱਚ ਆਏ ਔਰ ਅਸੀਂ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਉਹ ਵੋਟ ਦੀ ਬੇਨਤੀ ਕੀਤੀ ਗਈ ਹੈ ਔਰ ਜੋ ਹਾਲਾਤ ਅੱਜ ਪੰਜਾਬ ਦੇ ਬਣੇ,
ਅੱਜ ਉਹ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਹਨਾਂ ਹਾਲਾਤਾਂ ਨੂੰ ਨਜ਼ਰ ਰੱਖਦੇ ਹੋਏ ਕੁਛ ਜਿਹੜੀਆਂ ਵੱਡੀਆਂ ਬਦਲਾਵ ਵਾਲੀਆਂ ਗੱਲਾਂ ਕੀਤੀਆਂ ਗਈਆਂ ਸੀ, ਕਿਤੇ ਨਾ ਕਿਤੇ ਜਿਹੜੇ ਉਹ ਵਾਅਦੇ ਜਿਹੜੇ ਲੋਕਾਂ ਦੇ ਨਾਲ ਕੀਤੇ ਗਏ ਸੀ ਅੱਜ ਪੂਰੇ ਹੁੰਦੇ ਨਹੀਂ ਨਜ਼ਰ ਆ ਰਹੇ। ਔਰ ਅਜੇ ਸਭ ਤੋਂ ਵੱਡੀ ਗੱਲ ਸਾਹਮਣੇ ਉੱਭਰ ਕੇ ਆ ਰਹੀ ਹੈ ਵੀ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਹੈ 1 ਜੂਨ ਨੂੰ ਜਿਹੜੀ ਚੋਣ ਹੋਣ ਜਾ ਰਹੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਪੜਾ ਜਿਹੜਾ ਉਹ ਸਾਫ਼ ਹੁੰਦਾ ਦਿਖਾਈ ਦੇ ਰਿਹਾ, ਔਰ ਕਾਂਗਰਸ ਪਾਰਟੀ ਦੇ ਵਿੱਚੋਂ ਹਲਕਾ ਜੰਡਿਆਲਾ ਗੁਰੂ ਚੋਂ ਚੜ੍ਹਦੀ ਕਲਾ 'ਚ ਜਿੱਤ ਕੇ ਕੁਲਵੀਰ ਸਿੰਘ ਨੀਰਾਮ ਜਿਹੜਾ ਹੈ ਉੱਥੇ ਪਾਰਲੀਮੈਂਟ ਭੇਜਣ ਦੀ ਕੋਸ਼ਿਸ਼ ਕਰੇਗੀ। ਸਰ, ਕਾਂਗਰਸ ਪਾਰਟੀ ਵਿੱਚ ਕਾਂਟੋ ਕਲੇਸ਼ ਕਿੱਦਾਂ ਚੱਲ ਰਿਹਾ? ਕੋਈ ਕਾਟੋ ਕਲੇਸ਼ ਨਹੀਂ ਹੈ। ਕਾਂਗਰਸ ਪਾਰਟੀ ਜਿਹੜੀ ਹੈ ਦੁਨੀਆ ਦੀ ਜਿਹੜੀ ਹੈ ਵਰਲਡ ਦੀ ਸਭ ਤੋਂ ਬਿਗੈਸਟ ਡੈਮੋਕ੍ਰੈਟਿਕ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਦੇਸ਼ ਦੀ ਕਾਂਗਰਸ ਪਾਰਟੀ ਹੈ, ਅਤੇ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਅਤੇ ਜੇ ਸਾਡੀ ਪਾਰਟੀ ਨੇ ਸਾਨੂੰ ਇਹ ਖੁੱਲ੍ਹਾ ਹੱਕ ਦਿੱਤਾ ਆਪਣੀ ਗੱਲ ਰੱਖਣ ਦਾ ਅਤੇ ਉਹਨੂੰ ਅਸੀਂ ਕਾਟੋ ਕਲੇਸ਼ ਨਹੀਂ ਅਸੀਂ ਦੇਖਦੇ, ਅਸੀਂ ਉਹਨੂੰ ਇੱਕ ਹੈਲਦੀ ਕ੍ਰਿਟੀਸਿਜ਼ਮ ਦੇ ਰੂਪ ਦੇ ਵਿੱਚ ਲੈਂਦੇ ਹਾਂ ਜਿੱਥੇ ਸਾਡੇ ਹਰ ਲੀਡਰ ਚਾਹੇ ਉਹ ਛੋਟਾ ਵੱਡਾ ਚਾਹੇ ਆਗੂ ਹੈ ਉਹਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਇੱਡੇ ਵੱਡੇ ਵੱਡੇ ਦਿੱਗਜ ਚਿਹਰੇ ਜਿਹੜੇ ਆ ਦੂਸਰੀਆਂ ਪਾਰਟੀਆਂ ਜਾ ਚੁੱਕੇ, ਇਹ ਕੀ ਕਾਰਨ ਹੋਇਆ? ਮੇਰੇ ਖਿਆਲ ਉਹ ਜਿਹੜੀਆਂ ਦੂਸਰੀ ਪਾਰਟੀਆਂ ਨੇ ਨਾ ਅੱਜ ਕਿਤੇ ਨਾ ਕਿਤੇ ਉਹਨਾਂ ਨੂੰ ਸਿਆਸੀ ਦਿਵਾਲੀਆ ਜਿਹਨੂੰ ਕਹਿੰਦੇ ਨੇ ਉਹਨਾਂ ਪਾਰਟੀਆਂ ਦਾ ਨਿਕਲ ਚੁੱਕਾ ਹੈ। ਅੱਜ ਉਹਨਾਂ ਪਾਰਟੀਆਂ ਦੇ ਕੋਲ ਆਪਣੇ ਯੋਗ ਉਮੀਦਵਾਰ ਵੀ ਖੜੇ ਕਰਨ ਵਾਸਤੇ ਉਹ ਚਿਹਰੇ ਹੈ ਨਹੀਂ, ਅਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਸੰਨ ਲਾਉਂਦੇ ਨਜ਼ਰ ਆਉਂਦੇ ਨੇ, ਕਾਂਗਰਸ ਪਾਰਟੀ 'ਚੋਂ ਬੰਦਾ ਪੁੱਟਦੇ ਹੈ ਅਤੇ ਆਪਦਾ ਉਮੀਦਵਾਰ ਬਣਾ ਲੈਂਦੇ ਹੈ। ਸੋ ਮੇਰੇ ਖਿਆਲ 'ਚ ਕਾਂਗਰਸ ਪਾਰਟੀ ਨੂੰ ਨਹੀਂ, ਇਹ ਦੂਸਰੇ ਤਰੀਕੇ ਨਾਲ ਦੇਖੋ ਤੇ ਉਹਨਾਂ ਸਿਆਸੀ ਪਾਰਟੀਆਂ ਦੂਸਰੀਆਂ ਦਾ ਦਿਵਾਲੀਆ ਨਿਕਲਿਆ ਹੋਇਆ। ਹੁਣ ਤੱਕ ਜਿੰਨੇ ਕਾਂਗਰਸ ਲੀਡਰ ਕਹਿੰਦੇ ਕਾਂਗਰਸ ਸਾਡੀ ਮਾਂ ਆ, ਜਦੋਂ ਕਾਂਗਰਸ ਪਾਰਟੀ 'ਚ ਹੁੰਦੇ ਆ ਤਾਂ ਜਦੋਂ ਚਿਹਰਾ ਬਦਲ ਲੈਂਦੇ ਦੂਸਰੇ ਦੇ ਜਿਹੜੇ ਦੂਸਰੀ ਪਾਰਟੀ ਚੱਲ ਜਾਂਦੇ ਆ ਉਹਦੇ ਬਾਰੇ ਜਿਹੜੇ ਅਜਿਹੇ ਲੀਡਰ ਹੈ ਜਿਹੜੇ ਉਹ ਦਲ ਬਦਲੂਆਂ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਉਹ ਆਪਣੇ ਸਿਆਸੀ ਸੱਤਾ ਜਿਹੜੀ ਹੈ ਉਹਦੀ ਲਾਲਚ ਦਾ ਕਰਕੇ ਉਹਦੀ ਲਾਲਸਾ ਦਾ ਕਰਕੇ ਉੱਧਰ ਜਾਂਦੇ ਹੈ, ਪਰ ਜਦੋਂ ਲੋਕ ਫਿਰ ਜਿਹੜੇ ਲੋਕ ਰਾਜ ਦੇ ਵਿੱਚ ਜਨਤਾ ਜਨਾਰਦਨ ਹੈ ਸਿਆਣੇ ਹੈ ਔਰ ਜਿਹੜੇ ਦਲ ਬਦਲੂ ਇਸ ਤਰ੍ਹਾਂ ਜਾਂਦੇ ਹੈ ਜੇ ਜਨਤਾ ਅਰਸ਼ 'ਤੇ ਬਿਠਾਉਂਦੀ ਹੈ ਤਾਂ ਮੇਰੇ ਖਿਆਲ ਦਿਨ ਦੂਰ ਨਹੀਂ 1 ਜੂਨ ਨੂੰ ਇਹਨਾਂ ਅਜਿਹੇ ਲੀਡਰਾਂ ਨੂੰ ਜਿਹੜਾ ਸ਼ੀਸ਼ਾ ਜ਼ਰੂਰ ਦਿਖਾਊ, ਅਰਸ਼ੋਂ ਫਿਰ ਫਰਸ਼ 'ਤੇ ਆਉਣਗੇ ਔਰ ਇਹ ਜਿਹੜਾ ਹਿਸਾਬ ਕਿਤਾਬ ਹੈ ਤੁਹਾਨੂੰ 4 ਜੂਨ ਨੂੰ ਜਿਹੜਾ ਸਾਹਮਣੇ ਨਿਕਲਦਾ ਨਜ਼ਰ ਆਏਗਾ। ਕੁਲਬੀਰ ਜੀਰਾ ਨੂੰ ਕਿੰਨੀ ਲੀਡ ਤੇ ਜਿਤਾਓਗੇ ਆਪਣੇ? ਹਲਕਾ ਜੰਡਿਆਲਾ ਗੁਰੂ ਦੇ ਵਿੱਚੋਂ ਜਿਹੜਾ ਕੁਲਬੀਰ ਸਿੰਘ ਜੀਰਾ ਵੱਧ ਤੋਂ ਵੱਧ ਭਾਰੀ ਵੋਟਾਂ ਦੇ ਨਾਲ ਲੀਡ ਲੈ ਕੇ ਇੱਥੋਂ ਜਿਹੜਾ ਹੈ ਕਾਂਗਰਸ ਪਾਰਟੀ ਜਿਹੜੀ ਹੈ ਉੱਥੋਂ ਜਿੱਤ ਪ੍ਰਾਪਤ ਕਰਕੇ ਨਿਕਲੇਗੀ।